ਖਾਲਸੇ ਦਾ ਉਹ ਵਿਰਸਾ ਜੋ ਜੁਗਾ ਜੁਗੰਤਰ ਤੱਕ ਖਾਲਸੇ ਰਾਜ ਦੀਆਂ ਝਲਕਾਂ ਨੂੰ ਸਮੁੱਚੇ ਸੰਸਾਰ ਦੇ ਵਿੱਚ ਸਰਮੋਈ ਬੈਠਾ ਹੈ। ਸਮੁੱਚੇ ਸੰਸਾਰ ਦੇ ਵਿੱਚ ਇਸ ਵਿਰਸੇ ਦੀ ਇੱਕ ਅਨਮੁੱਲੀ ਦਾਸਤਾਨ ਅੱਜ ਵੀ ਲੋਕਾਂ ਤਾਈਂ ਸੁਣਾਈ ਜਾਂਦੀ ਹੈ ਅਤੇ ਕਸ਼ਮੀਰ ਦੀ ਇਹ ਧਰਤੀ ਵੀ ਉਸ ਵਿਰਸੇ ਦੇ ਨਾਲ ਸੰਜੋਈ ਪਈ ਹੈ ਅਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਹਮੇਸ਼ਾ ਹੀ ਤੁਹਾਨੂੰ ਉਸ ਵਿਰਸੇ ਦੇ ਨਾਲ ਜੋੜਨ ਦੇ ਲਈ ਅਸੀਂ ਯਤਨ ਕਰਦੇ। ਆਓ ਅੱਜ ਐਸੇ ਹੀ ਇੱਕ ਵਿਰਸੇ ਨੂੰ ਤੁਹਾਡੇ ਸਾਹਮਣੇ ਰੂਪਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੇ ਆਪ ਸਾਰਿਆਂ ਦਾ ਸਵਾਗਤ ਕਰਦੇ ਹਾਂ, ਦਾਸ ਪ੍ਰਭਜੋਤ ਸਿੰਘ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੇਖ ਰਹੇ ਹੋ ਜੀ ਵਿਰਸਾ ਪਾਣੀ। ਅਸੀਂ ਪਹਿਲਾਂ ਹੀ ਆਪ ਜੀ ਨੂੰ ਕਈ ਵਿਰਸਾ ਦਾ ਆਨੰਦ ਰਾਹੀਂ ਕਈ ਉਹਨਾਂ ਵਿਰਾਸਤੀ ਇਮਾਰਤਾਂ ਦੀਆਂ, ਉਹਨਾਂ ਕਸ਼ਮੀਰ ਦੇ ਉਹਨਾਂ ਸਥਾਨਾਂ ਦੀਆਂ ਜਿਹਨਾਂ ਬਾਰੇ ਅੱਜ ਵੀ ਕਿਸੇ ਨੂੰ ਨਹੀਂ ਪਤਾ, ਅਤੇ ਕਸ਼ਮੀਰ ਦੇ ਵਿੱਚ ਖਾਲਸਾ ਰਾਜ ਦੀਆਂ ਉਹਨਾਂ ਪ੍ਰਤੱਖ ਸਬੂਤਾਂ ਨੂੰ ਆਪ ਜੀ ਸਾਹਮਣੇ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਅੱਜ ਵੀ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸਿੱਖ ਕੌਮ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਗੁਰੂ ਕੇ ਮਰਜੀਵੜੇ ਜਿਸਨੇ ਗੁਰਮਰਿਆਦਾ 'ਤੇ ਪਹਿਰਾ ਦਿੰਦੇ ਹੋਏ ਖਾਲਸੇ ਦੀ ਉਤਪਨਾ ਅਤੇ ਖਾਲਸੇ ਦੀ ਚੜ੍ਹਤ ਲਈ ਸਮੁੱਚੇ ਹੀ ਕਾਰਜ ਕੀਤੇ ਨੇ, ਉਹ ਸਨ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ 200 ਸਾਲਾਂ ਸ਼ਹੀਦੀ ਸ਼ਤਾਬਦੀ ਸਿੱਖ ਕੌਮ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀ ਹੈ। ਇਸੇ ਸੰਬੰਧ ਦੇ ਵਿੱਚ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਦੱਸਣ ਜਾ ਰਹੀ ਹੈ। ਬਹੁਤਾਤ ਦੇ ਵਿੱਚ ਲੋਕਾਂ ਨੂੰ ਇਹ ਘੱਟ ਪਤਾ ਹੋਵੇਗਾ ਕਿ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਕਸ਼ਮੀਰ ਦੀ ਇਸ ਧਰਤੀ ਨੂੰ ਵੀ ਆਪਣੇ ਭਾਗ ਲੈ ਕੇ ਆਏ ਨੇ। ਉਸੇ ਬਾਰੇ ਆਪ ਜੀ ਨੂੰ ਅੱਜ ਦੱਸਣ ਜਾ ਰਹੇ ਹਾਂ ਅਤੇ ਅੱਜ ਦੀ ਇਹ ਵੀਡੀਓ ਉਸ 200 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ। ਮੈਂ ਸਮੂਹ ਸਮੋਤਿਆਂ ਤਾਂ ਬੇਨਤੀ ਕਰਦਾ ਹਾਂ ਕਿ ਆਪ ਜ਼ਰੂਰ ਇਸ ਵੀਡੀਓ ਨੂੰ ਪੂਰਾ ਵੇਖਣਾ ਹੈ ਅਤੇ ਸਾਡੇ ਨਾਲ ਇਸ ਸਫ਼ਰ ਦੇ ਵਿੱਚ ਬਣੇ ਰਹਿਣਾ ਹੈ। ਅੱਜ ਆਪ ਜੀ ਇੱਕ ਬਹੁਤ ਹੀ ਅਨਮੁੱਲੀ ਵਿਰਾਸਤ ਦੇ ਦਰਸ਼ਨ ਕਰਨ ਜਾ ਰਹੇ ਹੋ, ਜਿਹਨੂੰ ਕਿ ਸਾਡੀਆਂ ਅਣਗੋਲੀਆਂ ਨੇ ਕਿਤੇ ਨਾ ਕਿਤੇ ਲੁਕਤ ਕਰ ਦਿੱਤਾ ਹੈ। ਆਓ ਉਹਨੂੰ ਵਿਚਾਰਦੇ ਹਾਂ। ਅੱਜ ਅਸੀਂ ਉਸ ਜਗ੍ਹਾ ਦੇ ਵਿੱਚ ਆਪ ਜੀ ਨੂੰ ਲੈ ਕੇ ਜਾਵਾਂਗੇ। ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਪੂਰਾ ਵੇਖਿਓ। ਵਧੇਰੀ ਜਾਣਕਾਰੀ ਲਈ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਉੱਪਰ ਸਾਨੂੰ ਫੋਲੋ ਕਰ ਸਕਦੇ ਹੋ ਅਤੇ ਲਾਈਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰੀਆਂ ਪਿੱਛੇ ਸੰਭਲਿਆ ਇਸ ਦਾ ਬੁਨਿਆਦੀ ਇਤਿਹਾਸ ਹੀ ਇਸ ਦੀ ਪ੍ਰਸ਼ੰਸਾ ਨੂੰ ਦ੍ਰਿੜ ਕਰਦੀ ਹੈ। ਜਿੱਥੇ ਗੁਪਤਾ, ਕੁਸ਼ਨ, ਮੁਗਲ, ਅਫਗਾਨੀਆਂ ਦੀ ਸ਼ਾਸਕਾਂ ਨਾਲ ਭਰਿਆ ਸੰਦਰਭ ਹੈ, ਉੱਥੇ ਇਹ ਕਸ਼ਮੀਰ ਦੀ ਧਰਤੀ ਖਾਲਸਾਈ ਧੋਸ ਨਗਾਰਿਆਂ ਨਾਲ ਗੂੰਜੀ ਹੈ। ਖਾਲਸਾ ਸਰਕਾਰ ਹਿੰਦੂ ਕੁਸ਼ ਦੇ ਇਲਾਕਿਆਂ ਵਿੱਚ ਖਾਲਸੇ ਦੇ ਝੰਡੇ ਵੰਗੇ ਬੁਲੰਦ ਕਰਕੇ ਜਿਸ ਸਮੇਂ ਕਸ਼ਮੀਰ ਦੀ ਧਰਤੀ 'ਤੇ ਆਇਆ, ਉਸੀ ਸਮੇਂ ਨੀਲੇ ਬਾਣੇ ਵਾਲਿਆਂ ਸਿੰਘਾਂ ਨੇ ਇੱਥੋਂ ਦੀ ਵਿਸਮਾਦ ਨਾਲ ਮਿਲ ਕੇ ਆਕਾਸ਼ੀ ਰੰਗ ਨੂੰ ਫੈਲਾ ਦਿੱਤਾ। ਕਸ਼ਮੀਰ ਨੂੰ ਖਾਲਸਾਈ ਸੱਭਿਆਚਾਰ ਵਿੱਚ ਪ੍ਰਪੱਕ ਕਰਨ ਵਾਲਿਆਂ ਵਿੱਚੋਂ ਉਹਨਾਂ ਸਮੂਹ ਜਰਨੈਲਾਂ ਦੇ ਵਿੱਚੋਂ ਇੱਕ ਸਨ ਕੌਮ ਦੇ ਮਹਾਨ ਜਰਨੈਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ। ਜੀ ਅਸੀਂ ਉਸ ਸਥਾਨ 'ਤੇ ਪਹੁੰਚ ਚੁੱਕੇ ਹਾਂ ਜਿਹੜਾ ਕਿ ਅੱਜ ਤੁਹਾਡੇ ਸਾਹਮਣੇ ਰੂਬਰੂ ਕਰਨ ਜਾ ਰਹੇ ਹਾਂ। ਇਹ ਸਥਾਨ ਬੁੰਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਅੱਜ ਉਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ, ਇਹਦੇ ਇਤਿਹਾਸ ਬਾਰੇ ਵੀ ਆਪ ਜੀ ਦੇ ਨਾਲ ਵਿਚਾਰਾਂ ਸਾਂਝੀ ਕਰਨੀਆਂ ਨੇ। ਉਸ ਤੋਂ ਪਹਿਲਾਂ ਆਪ ਜੀ ਉਸ ਸਥਾਨ 'ਤੇ ਦਰਸ਼ਨ ਕਰੋ ਅਤੇ ਉਸ ਸਥਾਨ ਦੇ ਵਿੱਚ ਜਿਹੜੀ ਵੀ ਪੁਰਾਤਨ ਚੀਜ਼ਾਂ, ਸਾਡੀ ਪੁਰਾਤਨ ਹਸਲਿਖਤ ਅਤੇ ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੀ ਜਿਹੜੀ ਛਾਉਣੀ ਮੰਨੀ ਜਾਂਦੀ ਹੈ, ਆਓ ਸਭ ਤੋਂ ਪਹਿਲਾਂ ਉਸ ਸਥਾਨ ਦੇ ਦਰਸ਼ਨ ਕਰੀਏ ਜੀ।
संगत जी आप जी इस समय दर्शन कर रहे थे बूंगा अकाली फूला सिंह जी के आओ ये इतिहास बारे जिक्र तुहानू दसीए क्योंकि इस स्थान नू वेख के ही इहदे अंदर अकाली बाणियां दी उस आवाज़ की गूंज जिहड़ी है गूंज रही सी। तो जेकर इहदे इतिहास बारे गल करिए तो थोड़ा बहुत सानू ना इहदे पछाकड़ बारे जानना बहुत जरूरी है। तो मैं सीधे पॉइंट ते ही आवां कि जिस समय महाराजा रणजीत सिंह जी वल्लों कश्मीर नूं खालसा राज की स्थापना दे विच अंदर करन दा मनसूबा बनाया गया खालसा राज के प्रबंध शासक हेठ कश्मीर दे विच नूं लिआउण दी एक प्रबंध जो है महाराजा रणजीत सिंह वल्लों सिरजिआ गया। पर महाराजा साहब ये जाणदे सन कि हजे खालसा फौजां पहाड़ी इलाकिआं दे विच कूच करन दे विच अते उहनूं खालसाई प्रबंध दे हेठ लिआउण दे विच पूरी समर्थ नहीं है। इन्हां दे विच कश्मीर दे विच जो राज सी उह अफगान शासकों के विच सी जो कि इत्थे अटा मुहम्मद का शासक जिहड़ा कि इत्थे सी अटा मुहम्मद कश्मीर दे विच अफगान शासक सी पर अफगानिस्तान दे नालों दूरी होण दे करके इहदी जो कनैक्टिविटी सी ते उह जिहड़ी पूरी बरकरार नहीं सी रहिंदी। उन्हां दिनां दे विच अफगानिस्तान का शासक शाह महमूद जिहड़ा बन गया सी ते वजीर फतेह अली खान सी जिन्हें कि शाह आजम नूं अखियों अन्ना कर दिता सी। उहदा भरा शाह शुजा उहदी बेगम वफा बेगम अते शाह आजम ये तीनों ही लाहौर दे विच महाराजा रणजीत सिंह दे कोल उस समय तो पनाह ले रहे सन ते महाराजा साहब नूं बेनती कर रहे सन कि किसी तरीके दे नाल उहनां दा जिहड़ा शासक है वापस आ जाए। शाह शुजा जिस समय वापस अफगानिस्तान गया तो उत्थों उहनूं कश्मीर भेज दिता गया जिथे कि अटा मुहम्मद ने धोखे दे नाल उहनूं गिरफ़्तार कर दिता। शाह शुजा दी बेगम वफा बेगम उस समय लाहौर दे विच सी। महाराजा साहब दे सलाहकार फकीर अजीजुद्दीन दे नाल गलबात करदिआं उहने कहा कि जेकर महाराजा रणजीत सिंह जी मेरे पति शाह शुजा नूं कश्मीर तों छुड़ा के लिआउण तां मेरे कोल जिहड़ा शाही कोहिनूर ही रह पिआ है उह मैं खालसे दे सपुरद कर देवांगी। महाराजा साहब ने इस गल तों हामी भर के कश्मीर दे उपर चढ़ाई करन दा पर मनसूबा बना लिया पर इहदे विच जो साथ दिता उह दिता सी फतेह अली खान ने। हुण फतेह अली खान ने साथ क्यों दिता क्योंकि उह वी इस गल तों वाकफ सी कि वफा बेगम दे कोल यानी शाह शुजा दे कोल कोहिनूर पिया होया उहदी जानकारी पई। दूजी गल उह कश्मीर दे विच अफगान शासकां दा पूरा एक सीधा संबंध बनाउणा चाहुंदा सी जे तां इको ही कराल सी कि उह अटा मुहम्मद नूं इत्थों दूर कर देवे। सो शाह शुजा नूं छुड़ाउण दे लई महाराजा रणजीत सिंह जी की खालसाई फौजां दीवान मोहकम चंद सरदार निहाल सिंह जी अटारी वाले सरदार हरी सिंह जी नलुआ होर ही बलवान शासकों के नाल सन 1813 ईस्वी के पहला हल्ला जो है जो इतिहासकार सानू दसदे ने उस समय सानू यह मिलता है। स्रोतों की मन के चलीए तो पश्चिमी विद्वान अते जो सिख समकालीन इतिहासकार ने जिन्हां विच बाबा प्रेम सिंह जी होती मरदान अते पश्चिमी विद्वानों दे विचों कई विद्वान जिन्हां ने यह दस्या है कि इस पहले हल्ले दे विच महाराजा साहब दा इको एक मनसूबा सी कोई नूर नूं खालसा दे सपुरद कर देवन। सो इस करके उन्होंने हमला किया। यह पहली जंग शेरगढ़ी की जंग मनी जाती है। इस जंग दे विच शेरगढ़ी दे विच जंग हुई। इस जंग दे विच खालसाई फौजां विच 400 सिंह शहीद होए तो यह शहीदगंज का स्थान उन्हां दे नाल ही मनिया जाता है। ये दो स्थान ने एक शहीदगंज है एक इलाका शहीद बुंगा भी है। जदों शहीदगंज का मतलब आपां भाई साहब भाई कान सिंह जी नाभा होरां दे महान कोश तो वेखते हैं तो वह लिखते हैं कि वह शहीदी स्थान वह थान जिथे शहीदां दा समारक मंदिर अथवा कोई चिन्ह होवे सिखां दे अनंत शहीदगंज हैं पर विशेष प्रसिद्ध हैं। सो ये वह स्थान सी जिथे कि सिखां दे शहादतां दा एक पूरा चिन्ह यानी कि इतिहास समोया पिया सी पर अज सानूं वह चीज़ां थोड़ी घट वेखण नूं मिलियां क्योंकि जिस इलाके दे करके जिस नाम दे करके इलाका प्रसिद्ध है शहीदगंज सानू उन्हां शहीदां दे नाम पक्षों भी कोई जानकारी जिहड़ी है मिली नहीं है। इतिहासक स्रोतों मुताबक जिन्हां दे विचों सरदार सरवण सिंह जी शक्तिमान सरदार जगबीर सिंह जी सरना बाबा प्रेम सिंह जी होती मरदान अते होर अनेक स्रोतों ने यह बड़े ही स्पष्ट तौर पर दस्सिया है कि उस समय उन्हां शहीदां दा गुरद्वारा साहिब यानी कि एक यादगार जो है इस जगह पर उस विच उसारी गई। अगे चलती है गल मैं सीधे हुण उस पॉइंट ते आउंदा हाँ जिस समय
ਜਿਹਦੀ ਆਪਾਂ ਗੱਲ ਇਤਿਹਾਸ ਬਾਰੇ ਕਰ ਰਹੇ ਹਾਂ, ਯਾਨੀ ਕਿ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਹੋਰੀ। ਹੁਣ ਜਦੋਂ ਸਮਾਂ ਅੱਗੇ ਵੱਧਦਾ ਹੈ ਤਾਂ 1819 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਇਹ ਮਨਸੂਬਾ ਬਣਾ ਲੈਂਦੇ ਨੇ ਕਿ ਖਾਲਸਾਈ ਫੌਜਾਂ ਤਿਆਰ ਹੋ ਚੁੱਕੀਆਂ ਨੇ, ਕਈ ਪਹਾੜੀ ਸੰਗਰਹਿ ਜਿਹੜੇ ਨੇ ਉਹ ਖਾਲਸਾਈ ਫੌਜਾਂ ਦੇ ਅਧੀਨ ਆ ਚੁੱਕੇ ਨੇ, ਰਾਜੌਰੀ ਬੀਮਸਾਨੀ ਅਤੇ ਹੋਰ ਇਲਾਕੇ ਜਿਹੜੇ ਨੇ ਪੀਰ ਪੰਜਾਲ ਦੇ ਇਲਾਕੇ ਜਿਹੜੇ ਸਨ ਉਹ ਖਾਲਸਾ ਰਾਜ ਦੇ ਹੇਠਾਂ ਆ ਚੁੱਕੇ ਸਨ। ਹੁਣ ਖਾਲਸਾ ਸਰਕਾਰ ਇਹ ਚਾਹੁੰਦੀ ਸੀ ਕਿ ਕਸ਼ਮੀਰ ਦੇ ਵਿੱਚ ਖਾਲਸਾਈ ਪਰਚਮ ਲਹਿਰਾਇਆ ਜਾਵੇ, ਖਾਲਸਾਈ ਨਿਸ਼ਾਨ ਲਹਿਰਾਇਆ ਜਾਵੇ। ਇਸ ਗੱਲ ਪੱਖੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਦਰਬਾਰੀਆਂ ਦੇ ਨਾਲ ਸਲਾਹ ਕਰਕੇ ਕਸ਼ਮੀਰ ਦੇ ਉੱਪਰ 3 ਜੁਲਾਈ 1819 ਨੂੰ ਚੜ੍ਹਾਈ ਕਰ ਦਿੱਤੀ ਅਤੇ ਸ਼ੋਪੀਆਂ ਦੀ ਜੰਗ ਦੇ ਮਹਾਨ ਜੰਗ ਨੂੰ ਜਿੱਤਣ ਤੋਂ ਬਾਅਦ ਖਾਲਸਾਈ ਫੌਜਾਂ 5 ਜੁਲਾਈ 1819 ਨੂੰ ਕਸ਼ਮੀਰ ਦੀ ਧਰਤੀ ਦੇ ਉੱਪਰ ਦਾਖਲ ਹੁੰਦੀਆਂ ਨੇ। ਉਸ ਸਮੇਂ ਜੋ ਸਭ ਤੋਂ ਬਹਾਦਰੀ ਨਾਲ ਲੜੇ ਪੀਰ ਪੰਜਾਲ ਦੇ ਇਲਾਕੇ ਦੇ ਵਿੱਚ, ਜਿਨ੍ਹਾਂ ਨੇ ਪਹਾੜੀਆਂ ਦੇ ਵਿੱਚ ਅਫਗਾਨ ਸੈਨਿਕਾਂ ਅਤੇ ਕਸ਼ਮੀਰੀ ਸੈਨਿਕਾਂ ਨੂੰ ਭਾਜੜਾਂ ਪਾਈਆਂ ਉਹ ਸਨ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ। ਇਤਿਹਾਸ ਦੱਸਦਾ ਹੈ ਕਿ ਜਿਹੜੇ ਇੱਕ ਸੈਨਿਕ ਸਨ ਉਹ ਪਹਾੜੀ ਦੇ ਉੱਪਰੋਂ ਚੜ੍ਹ ਕੇ ਬਹੁਤ ਗੋਲਾਬਾਰੀ ਜਿਹੜੇ ਸੈਨਿਕਾਂ ਦੇ ਉੱਪਰ ਖਾਲਸਾਈ ਫੌਜਾਂ ਦੇ ਉੱਪਰ ਕਰ ਰਹੇ ਸਨ, ਪਰ ਬਾਬਾ ਜੀ ਦੀ ਸ਼ਮਸ਼ੀਰ ਦੇ ਸਾਹਮਣੇ ਉਹ ਟਿਕ ਨਹੀਂ ਪਾਏ। ਸੋ ਜਦੋਂ ਖਾਲਸਾ ਰਾਜ ਦੇ ਪ੍ਰਬੰਧ ਹੇਠ ਸ਼ੇਰਗੜੀ ਦਾ ਇਹ ਐਡਮਿਨਿਸਟ੍ਰੇਸ਼ਨ ਆਇਆ ਜਿੱਥੋਂ ਕਿ ਸ਼ਾਹ ਸ਼ੁਜਾ ਨੂੰ ਪਹਿਲਾਂ ਹੀ ਰਿਹਾਅ ਕਰਕੇ ਭੇਜਿਆ ਗਿਆ ਸੀ ਅਤੇ ਕੋਹੀਨੂਰ ਵੀ ਖਾਲਸਾ ਦੀ ਸਪੁਰਦ ਕੀਤਾ ਗਿਆ ਸੀ। ਖਾਲਸੇ ਨੇ ਪਹਿਲਾਂ ਹੀ ਹਰੀ ਪਰਬਤ ਨੂੰ ਆਪਣੇ ਅੰਦਰ ਕੀਤਾ, ਉਸ ਤੋਂ ਉਪਰੰਤ ਸ਼ੇਰਗੜੀ ਦਾ ਕਿਲ੍ਹਾ ਜੋ ਹੈ ਉਹ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਚਲਾਉਣੀ ਸੀ, ਜਿੱਥੋਂ ਕਿ ਇਹ ਪ੍ਰਬੰਧ ਚਲਾਉਣਾ ਸੀ, ਇਹ ਵੀ ਖਾਲਸਾ ਰਾਜ ਨੇ ਉਸ ਸਮੇਂ ਖਾਲਸਾਈ ਸ਼ਾਸਕਾਂ ਦੇ ਵਿੱਚ ਹਰੀ ਸਿੰਘ ਨਲਵਾ, ਮਹਾਰਾਜਾ ਸ਼ੇਰ ਸਿੰਘ ਜੀ, ਮਹਾਰਾਜਾ ਖੜਕ ਸਿੰਘ ਜੀ, ਅਕਾਲੀ ਬਾਬਾ ਫੂਲਾ ਸਿੰਘ ਜੀ, ਦੀਵਾਨ ਮੋਹਕਮ ਚੰਦ ਅਤੇ ਹੋਰ ਅਨੇਕਾਂ ਸੈਨਿਕ ਇੱਥੇ ਆਏ। ਅਕਾਲੀ ਬਾਬਾ ਫੂਲਾ ਸਿੰਘ ਜੀ ਕਿਉਂਕਿ ਨਿਹੰਗ ਸਿੰਘ ਸਨ ਅਤੇ ਨਿਹੰਗਾਂ ਸਿੰਘਾਂ ਦੀ ਇੱਕ ਪ੍ਰਥਾ ਹੈ ਕਿ ਉਹ ਜ਼ਿਆਦਾਤਰ ਕਿਲ੍ਹੇ ਅੰਦਰ ਨਹੀਂ ਰਹਿੰਦੇ। ਇਸ ਬਾਰੇ ਅਗਰ ਇੱਕ ਪੂਰਨ ਸਰੋਤ ਵੇਖਿਆ ਜਾਵੇ ਤਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਵਾਰੀ ਬੇਨਤੀ ਕਰਦੇ ਸਨ ਕਿ ਉਹ ਲਾਹੌਰ ਦੇ ਕਿਲ੍ਹੇ ਦੇ ਵਿੱਚ ਜਾ ਕੇ ਰਹਿਣ, ਪਰ ਅਕਾਲੀ ਜੀ ਦਾ ਇੱਕ ਸੁਭਾਵ ਸੀ ਉਹ ਜਾ ਕੇ ਅੰਮ੍ਰਿਤਸਰ ਦੇ ਵਿੱਚ ਆਪਣੀ ਛਾਉਣੀ ਦੇ ਵਿੱਚ ਰਹਿੰਦੇ ਸਨ ਜਿੱਥੇ ਕਿ ਨਿਹੰਗਾਂ ਸਿੰਘਾਂ ਦਾ ਵਾਸਾ ਰਹਿੰਦਾ ਹੈ। ਸੋ ਇੱਥੇ ਆ ਕੇ ਵੀ ਬਿਲਕੁਲ ਐਡਮਿਨਿਸਟ੍ਰੇਸ਼ਨ ਦੇ ਕੋਲ ਜਿਹੜੀ ਜਗ੍ਹਾ ਜਿੱਥੇ ਕਿ ਪਹਿਲਾਂ ਹੀ ਸ਼ਹੀਦਾਂ ਦੀ ਯਾਦਗਾਰ ਸ਼ਹੀਦ ਗੰਜ ਬਣੀ ਹੋਈ ਸੀ, ਇੱਥੇ ਹੀ ਆਪਣਾ ਸਾਰਾ ਪ੍ਰਬੰਧ ਅਤੇ ਨਿਹੰਗਾਂ ਸਿੰਘਾਂ ਦਾ ਪ੍ਰਬੰਧ ਕੀਤਾ ਜੋ ਕਿ ਆਪ ਜੀ ਨੂੰ ਦੱਸਿਆ ਹੈ, ਦੱਸਦੇ ਜਾ ਰਹੇ ਹਾਂ। ਇਸ ਇਲਾਕੇ ਦੇ ਵਿੱਚ ਹੀ ਬਾਬਾ ਅਕਾਲੀ ਫੂਲਾ ਸਿੰਘ ਜੀ ਵੱਲੋਂ ਆਪਣਾ ਪ੍ਰਬੰਧ ਕੀਤਾ ਗਿਆ ਅਤੇ ਕਿਉਂਕਿ ਬਿਲਕੁਲ ਹੀ ਐਡਮਿਨਿਸਟ੍ਰੇਸ਼ਨ ਸ਼ਾਸਕੀ ਕਿਲ੍ਹੇ ਦੇ ਰਾਜਸੀ ਕਿਲ੍ਹੇ ਦੇ ਨਾਲ ਹੋਣ ਦੇ ਕਰਕੇ ਇਹ ਛਾਉਣੀ ਇੱਥੇ ਤਿਆਰ ਕੀਤੀ ਗਈ, ਜਿੱਥੋਂ ਕਿ ਇਹ ਪਤਾ ਵੀ ਲੱਗਦਾ ਹੈ ਕਿ ਬਾਬਾ ਜੀ ਨੇ ਇੱਕ ਖੂਹ ਸਾਹਿਬ ਇੱਥੇ ਕੱਢਿਆ। ਇੱਥੇ ਆ ਕੇ ਨਿਹੰਗਾਂ ਸਿੰਘ ਜਦੋਂ ਵੀ ਕਸ਼ਮੀਰ ਦੇ ਵਿੱਚ ਆਉਂਦੇ ਸਨ ਤਾਂ ਨਿਹੰਗਾਂ ਸਿੰਘਾਂ ਦਾ ਇੱਥੇ ਨਿਵਾਸ ਹੁੰਦਾ ਸੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀ ਨੇ ਖਾਸ ਕਰਕੇ ਬੁੱਢਾ ਦਲ ਉਹ ਇਸ ਜਗ੍ਹਾ 'ਤੇ ਨਿਵਾਸ ਕਰਦੇ ਸਨ। ਇਹ ਇਤਿਹਾਸ, ਇਹ ਮਹਾਨ ਇਤਿਹਾਸ ਜੋ ਕਿ ਬੁੰਗਾ ਅਕਾਲੀ ਫੂਲਾ ਸਿੰਘ ਜੀ ਦਾ ਹੈ। ਬੁੰਗਾ ਅਕਾਲੀ ਫੂਲਾ ਸਿੰਘ ਸੱਚਮੁੱਚ ਹੀ ਆਪਣੀ ਪੁਰਾਣਿਕ ਦਿੱਖ ਅਤੇ ਚਿੰਨ੍ਹਾਂ ਨਾਲ ਉਸ ਇਤਿਹਾਸ ਨੂੰ ਆਪ ਬਿਆਨ ਕਰਦਾ ਹੈ ਜਿਸ ਨੂੰ ਸਾਡੀ ਚੇਤਨ ਸ਼ਕਤੀ ਵਿਸਾਰ ਗਈ ਹੈ ਜਾਂ ਵਿਸਾਰਿਆ ਗਿਆ ਹੈ। ਇਲਾਕੇ ਦੇ ਹੀ ਵਸਨੀਕ ਸਰਦਾਰ ਅਮਰਜੀਤ ਸਿੰਘ ਜੀ, ਜੋ ਕਿ ਇੱਥੋਂ ਦੇ ਇੱਕ ਬਹੁਤ ਬਜ਼ੁਰਗ ਜਿਨ੍ਹਾਂ ਨੇ ਇਸ ਗੁਰੂਧਾਮ ਦੀ ਸੇਵਾ ਸੰਭਾਲ ਪੂਰੀ ਤਨਦੇਹੀ ਨਾਲ ਕੀਤੀ, ਭਾਈ ਕਾਨ ਸਿੰਘ ਜੀ ਦੇ ਵੰਸ਼ ਵਿੱਚੋਂ ਹਨ। ਉਹਨਾਂ ਨੇ ਇਸ ਇਤਿਹਾਸ ਦੇ ਸੰਦਰਭ ਅਤੇ ਪੂਰੇ ਇਤਿਹਾਸ ਬਾਰੇ ਵਿਸਤਾਰ ਨਾਲ ਸਾਨੂੰ ਦੱਸਿਆ। ਇਲਾਕੇ ਦੇ ਵਿੱਚ ਸਿੱਖ ਵਸੋਂ ਜਿਹੜੀ ਹੈ ਉਸ ਦਿਨ ਤੋਂ ਹੀ ਰਹਿ ਰਹੀ ਹੈ, ਉਸ ਸਮੇਂ ਤੋਂ ਹੀ ਰਹਿ ਰਹੀ ਹੈ। ਇਹ ਇੱਥੋਂ ਦੀ ਪਰਮਾਨੈਂਟ ਸਿੱਖ ਵਸੋ ਹੈ, ਕਿਉਂਕਿ ਸ਼੍ਰੀਨਗਰ ਦੇ ਹੋਰ ਇਲਾਕਿਆਂ ਦੇ ਵਿੱਚ ਜਿਹੜੀ ਸਿੱਖ ਵਸੋਂ ਹੈ ਉਹ ਸ਼੍ਰੀਨਗਰ ਦੇ ਹੋਰਨਾਂ ਪਿੰਡਾਂ ਦੇ ਵਿੱਚੋਂ ਆਈ ਹੋਈ ਹੈ, ਜਿਨ੍ਹਾਂ ਦੇ ਵਿੱਚੋਂ ਬਡਗਾਂਵ, ਬਾਰਾਮੂਲਾ, ਅਨੰਤਨਾਗ ਅਤੇ ਹੋਰ ਇਲਾਕਿਆਂ ਦੇ ਵਿੱਚੋਂ ਜਿਹੜੇ ਪਿੰਡਾਂ ਦੇ ਵਿੱਚੋਂ ਸਿੱਖ ਨੇ ਉਹ ਸ਼੍ਰੀਨਗਰ ਦੇ ਵੱਖ ਵੱਖ ਇਲਾਕਿਆਂ ਵਿੱਚ ਵਸੇ ਹੋਏ ਨੇ। ਪਰ ਇਹ ਚੋਣਵੇਂ ਕੁਝ ਕੁ ਇਲਾਕੇ ਜਿਨ੍ਹਾਂ ਦੇ ਵਿੱਚੋਂ ਰਹਿਣਾਵਾਰੀ, ਸ਼ਹੀਦ ਗੰਜ ਅਤੇ ਹੋਰ ਇਹੋ ਜਿਹੇ ਇਲਾਕੇ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਤੌਰ 'ਤੇ ਹੀ ਪੱਕੀ ਰਿਹਾਇਸ਼ ਜੋ ਬਣੀ ਹੋਈ ਹੈ ਉਹਨਾਂ ਨੇ ਗੁਰਸਿੱਖਾਂ ਦੀ ਬਣੀ ਹੋਈ ਹੈ। ਸੋ ਇੱਥੋਂ ਦੇ ਹੀ ਨਿਵਾਸੀ ਸਰਦਾਰ ਅਮਰਜੀਤ ਸਿੰਘ ਜੀ, ਜੋ ਕਿ ਇਸ ਸਮੇਂ ਇਸ ਗੁਰਦੁਆਰਾ ਸਾਹਿਬ ਜੀ ਦੀ ਦੇਖ ਰੇਖ ਕਰ ਰਹੇ ਨੇ। ਤੁਹਾਨੂੰ ਮੈਂ ਦੱਸ ਦੇਵਾਂ ਸਾਧ ਸੰਗਤ ਜੀ ਕਿ ਇਸ ਗੁਰਦੁਆਰਾ ਸਾਹਿਬ ਜੀ ਦੀ ਇੱਕ ਬਹੁਤ ਵੱਡਾ ਇੱਕ ਹੋਰ ਇਤਿਹਾਸ ਜੁੜਦਾ ਹੈ ਕਿ ਅਣਗਹਿਲੀਆਂ ਦੇ ਕਾਰਨ, ਕੁਝ ਰੁਝੇਵਿਆਂ ਦੇ ਕਾਰਨ ਦੂਜੇ ਫਿਰਕਿਆਂ ਦਾ ਇਸ ਜਗ੍ਹਾ 'ਤੇ ਕਬਜ਼ਾ ਹੋ ਗਿਆ ਸੀ। ਉਸ ਕਬਜ਼ੇ ਨੂੰ ਛਡਾਉਣ ਦੇ ਲਈ ਅਤੇ ਇੱਥੇ ਗੁਰਮਰਿਆਦਾ ਦੇ ਪ੍ਰਵਾਹ ਨੂੰ ਚਲਾਉਣ ਦੇ ਲਈ ਭਾਈ ਸਾਹਿਬ ਭਾਈ ਕਾਨ ਸਿੰਘ ਜੀ, ਜੋ ਕਿ ਪੁਣਛ ਤੋਂ ਇੱਥੇ ਪ੍ਰਚਾਰ ਦੇ ਵਿੱਚ ਆਏ ਸਨ, ਉਹਨਾਂ ਨੇ ਇੱਥੇ ਫਿਰ ਤੋਂ ਸਿੱਖ ਵਸੋਂ ਨੂੰ ਸ਼ੁਰੂ ਕੀਤਾ। ਉਹਨਾਂ ਦੀ ਹੀ ਅਗਲੀ ਪੀੜ੍ਹੀ ਸਰਦਾਰ ਅਮਰਜੀਤ ਸਿੰਘ ਜੀ ਸਾਡੇ ਨਾਲ ਇੱਥੇ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕਿ ਆਪ ਜੀ ਨੇ ਸਾਨੂੰ ਬਹੁਤ ਸਮਾਂ ਬਖਸ਼ਿਆ ਹੈ ਅਤੇ ਜੋ ਆਪਾਂ ਇਸ ਅੱਜ ਦੇ ਇਹ ਵਿਸ਼ਾ ਰੱਖਿਆ ਹੈ ਕਿ
ਜੋ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਹੋਰਾਂ ਦਾ ਇਹ ਸਥਾਨ ਸ਼ੌਣੀ ਸ਼ਹੀਦ ਬੁੰਗਾ ਸ਼ਹੀਦਗੰਜ ਆਪਾਂ ਜਿਹਨੂੰ ਕਹਿੰਦੇ ਹਾਂ, ਸੋ ਉਹਦੇ ਬਾਰੇ ਆਪ ਜੀ ਦੇ ਨਾਲ ਵਿਚਾਰਾਂ ਕੀਤੇ ਨੇ। ਅਤੇ ਸਭ ਤੋਂ ਪਹਿਲਾਂ ਜਿਹੜਾ ਕਿ ਇਸ ਗੁਰਦੁਆਰਾ ਸਾਹਿਬ ਅਸੀਂ ਦੇਖ ਰਹੇ ਹਾਂ, ਆਪ ਜੀ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਹੋਰਾਂ ਦੇ ਜਿਹੜੇ ਹੋ, ਭਾਈ ਸਾਹਿਬ ਭਾਈ ਕਾਨ ਸਿੰਘ ਜੀ, ਮੈਂ ਉਹਨਾਂ ਦੀ ਚੌਥੀ ਜਨਰੇਸ਼ਨ ਹੈਗਾ। ਅਤੇ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਜਿਹੜੇ ਸਨ ਉਹ ਸਾਡੇ ਗ੍ਰੇਟ ਗ੍ਰੈਂਡਫਾਦਰ ਸਨ। ਅਤੇ ਉਹਨਾਂ ਨੂੰ ਜਿਸ ਤਰ੍ਹਾਂ ਸੰਤ ਰੋਚਾ ਸਿੰਘ ਜੀ ਨੇ ਪੁੰਛ ਤੋਂ ਇੱਕ ਮਿਸ਼ਨ ਚਲਾਇਆ ਸੀ ਕਿ ਸਿੱਖੀ ਦਾ ਪ੍ਰਚਾਰ ਕਰਨਾ ਹੈ ਕਸ਼ਮੀਰ ਦੀ ਕਈ ਬਸਤੀਆਂ ਵਿੱਚ, ਅਤੇ ਜਗ੍ਹਾ ਜਗ੍ਹਾ ਉਹਨਾਂ ਨੇ ਆਪਣੇ ਸਿੰਘਾਂ ਨੂੰ ਤਿਆਰ ਕਰਕੇ ਭੇਜਿਆ। ਭਾਈ ਕਾਨ ਸਿੰਘ ਜੀ ਵੀ ਜੋ ਸਨ ਉਹ ਪੁੰਛ ਤੋਂ ਕਸ਼ਮੀਰ ਇੱਕ ਮਿਸ਼ਨ ਦੇ ਤਹਿਤ ਆਏ ਸਨ। ਅਤੇ 1884 ਦੇ ਵਿੱਚ ਉਹਨਾਂ ਨੇ ਇਸੇ ਸਥਾਨ 'ਤੇ ਜਿਹੜੀ ਬੜੀ ਇਤਿਹਾਸਿਕ ਹੈ, ਜਿਹੜੀ ਨਿਹੰਗ ਸਿੰਘਾਂ ਦੀ ਸਥਾਨ ਹੈ, ਜਿਹੜਾ ਅਕਾਲੀ ਫੂਲਾ ਸਿੰਘ ਦਾ ਸਥਾਨ ਹੈ, ਇੱਥੇ ਆ ਕੇ ਗੁਰਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਹੈ। ਅਤੇ ਐਜ਼ ਪਰ ਜੋ ਰਿਕਾਰਡਡ ਡਾਕੂਮੈਂਟ ਹਨ, ਕਈ ਇਤਿਹਾਸ ਦੀ ਕਿਤਾਬਾਂ ਵਿੱਚ ਵੀ ਮਿਲਦਾ ਹੈ, ਉਹਨਾਂ ਨੇ ਇੱਥੇ ਆ ਕੇ ਕਸ਼ਮੀਰ ਦੇ ਵਿੱਚ, ਕਿਉਂਕਿ ਬੜੇ ਪਾਖੰਡ ਹੁੰਦੇ ਸਨ, ਬੜੀ ਕੁਛ ਐਸੀਆਂ ਚੀਜ਼ਾਂ ਸਨ ਜਿਹੜੀਆਂ ਸਾਡੇ ਗੁਰਮਤੀ ਦੇ ਵਿਚਾਰਧਾਰਾ ਦੇ ਅਧੀਨ ਨਹੀਂ ਸਨ, ਲੇਕਿਨ ਭਾਈ ਕਾਨ ਸਿੰਘ ਜੀ ਨੇ ਮਰਿਆਦਾ ਦਾ ਜੋ ਗੁਰਸਿੱਖੀ ਦੀ ਮਰਿਆਦਾ ਸੀ ਉਹਨੂੰ ਕਾਇਮ ਰੱਖਦੇ ਹੋਇਆ ਮਰਿਆਦਾ 'ਤੇ ਕੀਰਤਨ ਸ਼ੁਰੂ ਕੀਤਾ, ਮਰਿਆਦਾ 'ਤੇ ਗੁਰਬਾਣੀ ਦਾ ਪਾਠ ਸ਼ੁਰੂ ਕੀਤਾ ਹੈ। ਮੇਨ ਗੱਲ ਇਹਦੇ ਵਿੱਚ ਇਹ ਸੀ ਕਿ 1884 ਦੇ ਵਿੱਚ ਇਹ ਜਗ੍ਹਾ ਜਿਹੜੀ ਸੀ ਉਹਨਾਂ ਨੇ ਇੱਥੇ ਮੋਰਚਾ ਲਾਇਆ, ਅਤੇ ਮੋਰਚਾ ਲਾ ਕੇ ਇਸ ਜਗ੍ਹਾ ਨੂੰ ਫਿਰ ਤੋਂ ਕਾਇਮ ਦਾਇਮ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ। ਉਸ ਤੋਂ ਬਾਅਦ ਹੀ ਮਤਲਬ ਜਦੋਂ ਖਾਲਸਾ ਰਾਜ ਡਾਊਨਫਾਲ ਤੋਂ ਬਾਅਦ ਜਗ੍ਹਾ ਜਿਹੜੀ ਕਬਜ਼ੇ ਵਿੱਚ ਚਲੀ ਗਈ ਸੀ ਉਹਨਾਂ ਨੇ ਮੋਰਚਾ ਲਾਇਆ। ਜੀ 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 ਅਤੇ ਜੋ ਅਸਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ, ਕਿਉਂਕਿ ਅਸੀਂ ਤਾਂ ਉਸ ਵਕਤ ਸੀ ਨਹੀਂ, ਜੋ ਸਾਡੇ ਬਜ਼ੁਰਗਾਂ ਤੋਂ ਸਾਨੂੰ ਮਿਲੀ ਹੈ ਦਾਤ ਕਿ ਇਸ ਤਰ੍ਹਾਂ ਸਾਡੇ ਬਜ਼ੁਰਗ ਜਿਹੜੇ ਭਾਈ ਭਾਈ ਕਾਨ ਸਿੰਘ ਜੀ ਸਨ ਉਹਨਾਂ ਨੇ ਬੜੇ ਸਟਰਗਲ ਤੋਂ ਬਾਅਦ ਇੱਥੇ ਆਪਣਾ ਮੋਰਚਾ ਸਥਾਪਿਤ ਕਰਕੇ ਗੁਰਸਿੱਖੀ ਨੂੰ ਕਾਇਮ ਰੱਖਿਆ ਹੈ, ਚੜ੍ਹਦੀ ਕਲਾ ਵਿੱਚ ਰੱਖਿਆ ਸਿੱਖੀ ਨੂੰ। ਅਤੇ ਅੱਜ ਦੀ ਡੇਟ ਤੱਕ ਮੈਂ ਉਹਨਾਂ ਦੀ ਚੌਥੀ ਜਨਰੇਸ਼ਨ ਹਾਂ, ਅਤੇ ਮੇਰੇ ਬਾਅਦ ਮੇਰਾ ਬੇਟਾ ਪੰਜਵੀਂ ਜਨਰੇਸ਼ਨ ਇਸ ਗੁਰਦੁਆਰੇ ਦੀ ਸੇਵਾ ਕਰ ਰਿਹਾ ਹੈ, ਅਤੇ ਚੜ੍ਹਦੀ ਕਲਾ ਵਿੱਚ ਹੈ ਗੁਰਦੁਆਰਾ। ਔਰ ਮੈਂ ਪੂਰੀ ਸਾਧ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਗੁਰਦੁਆਰਾ ਸਾਹਿਬ ਉਸ ਜਗ੍ਹਾ 'ਤੇ ਸੁਸ਼ੋਭਿਤ ਹੈ ਜਿੱਥੇ ਪ੍ਰਾਈਮ ਲੋਕੇਸ਼ਨ ਹੈ, ਜਿੱਥੇ ਅੱਜ ਵੀ ਐਡਮਿਨਿਸਟ੍ਰੇਸ਼ਨ ਚੱਲਦੀ ਹੈ, ਇੱਥੇ ਨਾਲ ਹੀ ਡਿਵਕੌਮ ਦਾ ਦਫ਼ਤਰ ਵੀ ਹੈਗਾ, ਇੱਥੇ ਨਾਲ ਹੀ ਸਿਵਲ ਸੈਕਟਰੇਟ ਵੀ ਹੈਗਾ। ਇਹ ਜੋ ਨਿਸ਼ਾਨ ਸਾਹਿਬ ਤੁਸੀਂ ਵੇਖ ਰਹੇ ਹੋ, ਇਹ ਨਿਸ਼ਾਨ ਸਾਹਿਬ ਪੂਰੀ ਜਿੰਨੀ ਐਡਮਿਨਿਸਟ੍ਰੇਸ਼ਨਾਂ ਅੱਜ ਤੱਕ ਆਈ ਹਨ ਸੈਂਕੜਾ ਸਾਲਾਂ ਤੋਂ, ਉਹ ਸਾਰੇ ਹੀ ਇਹ ਝੂਲ ਦੇ ਨਿਸ਼ਾਨ ਸਾਹਿਬ ਸਿੰਘਾਂ ਦੀ ਨਿਸ਼ਾਨੀ ਵੇਖ ਰਹੇ ਹਨ। ਸਿੰਘਾਂ ਦੀ ਚੜ੍ਹਦੀ ਕਲਾ ਦੀ ਜਿਹੜੀ ਇਹ ਇੱਕ ਦਾਤ ਹੈ ਸਾਨੂੰ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਬਖਸ਼ੀ ਦੀ, ਉਹ ਸਾਰੀ ਅੱਜ ਦੀ ਡੇਟ ਤੱਕ ਵੀ ਕਾਇਮ। ਅਮਰਜੀਤ ਸਿੰਘ ਜੀ, ਤੁਸੀਂ ਇੱਥੇ ਸਾਨੂੰ ਦੱਸ ਰਹੇ ਸੀ ਕਿ ਇਸ ਨਿਸ਼ਾਨ ਸਾਹਿਬ ਦੇ ਕੋਲ ਇੱਕ ਖੂਹ ਸਾਬਤ ਵੀ ਹੈ, ਉਹ ਕਿੱਥੇ ਹੈ ਜੀ, ਤੁਸੀਂ ਇਸ ਬਾਰੇ? ਬਿਲਕੁਲ ਬਿਲਕੁਲ, ਇਹ ਜਿਸ ਤਰ੍ਹਾਂ ਕਿ ਬਜ਼ੁਰਗਾਂ ਨੇ ਅਸੀਂ ਤੇ ਹੁਣ ਇਹਨੂੰ ਰੀਨੋਵੇਟ ਕੀਤਾ ਹੈ, ਕਾਫੀ ਪ੍ਰਾਚੀਨ ਹੈ ਦਰਖਤ, ਤੇ ਨਾਲ ਨਾਲ ਹੀ ਇੱਥੇ ਜੋ ਇਤਿਹਾਸ ਮਿਲਦਾ ਹੈ, ਜਿਸ ਵਕਤ ਜੰਗ ਹੋਈ ਸੀ ਖਾਲਸਾ ਰਾਜ ਵਿੱਚ ਉਸ ਵਕਤ ਲਗਭਗ 400 ਸਿੰਘਾਂ ਦੀ ਸ਼ਹੀਦੀ ਹੋਈ ਸੀ। ਇਹ ਜਿਹੜਾ ਇਲਾਕਾ ਹੈ ਬਿਲਕੁਲ ਜੇਹਲਮ ਦੇ ਕਿਨਾਰੇ ਤੇ ਪੈਂਦਾ ਹੈ ਸ੍ਰੀਨਗਰ ਸ਼ਹਿਰ ਦੇ ਵਿੱਚ। ਜੇਹਲਮ ਦੇ ਕਿਨਾਰੇ ਹੋਣ ਦੇ ਕਾਰਨ ਤੁਹਾਨੂੰ ਪਤਾ ਹੀ ਹੈ, ਸਾਡੇ ਸਿੰਘਾਂ ਦੇ ਵਿੱਚ ਜੋ ਅੰਤਮ ਸੰਸਕਾਰ ਦੀ ਪ੍ਰਕਿਰਿਆ ਹੈ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਪਾਣੀ ਦੇ ਲਾਗੇ ਹੀ ਹੋਏ, ਤੇ ਤੇ ਇਹ ਜਗ੍ਹਾ ਜਿਹੜੀ ਸੀ ਇਹ ਪਾਣੀ ਦੇ ਬਿਲਕੁਲ ਲਾਗੇ ਹੈ, ਤੇ ਇੱਥੇ ਉਹਨਾਂ ਸਿੰਘਾਂ ਦਾ ਸੰਸਕਾਰ ਹੋਇਆ ਸੀ ਜਿਹਨਾਂ ਖਾਲਸਿਆਂ ਨੇ ਖਾਲਸਾਈ ਨਿਸ਼ਾਨ ਇੱਥੇ ਝੁਲਾਏ ਸਨ। ਤੇ ਇਹ ਜਿਹੜਾ ਖੂਹ ਹੈ ਉਹ ਅੱਜ ਇਸ ਦੇ ਥੱਲੇ ਹੈ, ਤੇ ਉੱਪਰ ਇਹ ਜਿਹੜਾ ਇੱਕ ਮਲਬਰੀ ਦਾ ਟ੍ਰੀ ਹੈ ਜਿਹਨੂੰ ਤੂਤ ਦਾ ਦਰਖਤ ਕਹਿੰਦੇ ਨੇ, ਸ਼ਾਇਦ ਤੂਤ ਦਾ ਦਰਖਤ ਕਹਿੰਦੇ ਨੇ ਇੱਥੇ ਦੀ ਲੋਕਲ ਲੈਂਗੁਏਜ। ਇਹ ਜਿਹੜਾ ਦਰਖਤ ਹੈ ਇਹ ਵੀ ਕਾਫੀ ਪੁਰਾਣਾ ਹੈ, ਤੇ ਇਹ ਉਸ ਸਮੇਂ ਵਿੱਚ ਹੀ ਇਹ ਕਾਫੀ ਪੁਰਾਣਾ ਨਿਸ਼ਾਨ ਸਾਹਿਬ ਹੈ, ਤੁਸੀਂ ਵੇਖ ਸਕਦੇ ਹੋ ਇੱਕ ਸਿੰਘਾਂ ਇੱਥੋਂ ਦੇਵਦਾਰ ਦਾ ਇਹ ਦਰਖਤ ਲੈ ਕੇ ਆਏ ਹਨ, ਤੇ ਇਸ ਦੇ ਉੱਪਰ ਇੱਕ ਇਤਿਹਾਸਕ ਤੀਰ ਲੱਗਿਆ ਹੋਇਆ ਹੈ ਜਿਹੜਾ ਨਿਹੰਗ ਸਿੰਘਾਂ ਦੀ ਨਿਸ਼ਾਨੀ ਹੈ। ਉਹ ਇਤਿਹਾਸਕ ਤੀਰ ਤੁਹਾਨੂੰ ਕਿਸੇ ਹੋਰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਮਿਲੇਗਾ, ਉਹ ਸਿਰਫ ਤੁਹਾਨੂੰ ਇੱਥੇ ਹੀ ਗੁਰਦੁਆਰਾ ਸ਼ਹੀਦਗੰਜ ਸ਼੍ਰੀਨਗਰ ਸ਼ਹਿਰ ਵਿੱਚ ਹੀ ਮਿਲੇਗਾ। ਠੀਕ ਹੈ, ਸੋ ਆਪਾਂ ਵੇਖ ਰਹੇ ਸੀ ਕਿ ਤੁਸੀਂ ਤੁਹਾਨੂੰ ਦੱਸ ਰਹੇ ਸੀ ਕਿ ਜਿਹੜਾ ਕਿ ਪ੍ਰਕਾਸ਼ ਸੀ ਉਹ ਪਹਿਲਾਂ ਚੱਲੀ ਮਤਲਬ ਤੁਸੀਂ ਜੀ 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 ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸਿਓ ਸਾਨੂੰ ਇੱਥੇ ਹੀ। ਸੋ ਸੰਗਤ ਜੀ, ਆਪ ਜੀ ਵੇਖ ਰਹੇ ਹੋ ਕਿ ਇਹ ਸ਼ਹੀਦਗੰਜ ਜਿਹੜਾ ਇਲਾਕਾ ਆਪ ਜੀ ਵੇਖਦੇ ਨੇ, ਅਤੇ ਇਹ ਸਾਡਾ ਇੱਕ ਅਨਮੋਲ ਹੀ ਵਿਰਸਾ ਹੈ ਜੋ ਕਿਤੇ ਨਾ ਕਿਤੇ ਸਾਡੀਆਂ ਦੁਸ਼ਪੇਸ਼ੀਆਂ ਦੀ ਕਾਰਨ ਗੁਆਚਿਆ ਜਾ ਰਿਹਾ ਹੈ। ਧਿਆਨ ਸਾਨੂੰ ਇਸ ਚੀਜ਼ ਦੀ ਰੱਖਣ ਦੀ ਲੋੜ ਹੈ। ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਉਸ ਦੇਵੀ ਦੀ, ਜਿਹਦੇ ਵਿੱਚ ਆਪਾਂ ਇਹ ਦੇਖਾਂਗੇ। ਸੋ ਜਿਸ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹ ਨਿਸ਼ਾਨ ਹੈ ਜਿਹਨੂੰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਇੱਥੇ ਲਗਾ ਕੇ ਗਏ ਨੇ।
ਇਹਦੀ ਪ੍ਰਮਾਣਿਕਤਾ ਜਿਹੜੇ ਸਰੋਤ ਨੇ ਉਹ ਤੁਹਾਡੇ ਨਾਲ ਪਹਿਲਾਂ ਹੀ ਸਾਂਝੇ ਕਰ ਦਿੱਤੇ ਗਏ ਨੇ। ਇਹੀ ਉਹ ਨਿਸ਼ਾਨ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਸਥਾਪਿਤ ਕਰ ਗਏ ਨੇ। ਇਹ ਇੱਥੇ ਅਮਰਜੀਤ ਸਿੰਘ ਮੈਂ ਪਹਿਲਾਂ ਇਹ ਗੱਲ ਪੁੱਛਣੀ ਹੈ ਕਿ ਤੁਸੀਂ ਦੱਸ ਵੀ ਰਹੀ ਸੀ ਕਿ ਝੰਡਾ ਸਿੰਘਾਂ ਦਾ ਜਿਹੜਾ ਪਹਿਲਾਂ ਇੱਥੇ ਰਹਿੰਦਾ ਸੀ ਕੋਲ। ਜੀ ਜੀ, ਇਹ ਸਾਡੇ ਬਜ਼ੁਰਗਾਂ ਨੇ ਹੀ ਦੱਸਿਆ ਸੀ ਸਾਨੂੰ, ਮੇਰੇ ਗ੍ਰੈਂਡਫਾਦਰ ਜੀ ਸਵਰਗੀ ਸਰਦਾਰ ਸਾਧੂ ਸਿੰਘ ਜੀ ਨੇ ਦੱਸਿਆ ਸੀ ਮੈਨੂੰ, ਉਹਨਾਂ ਨੇ ਆਪਣੇ ਫਾਦਰ ਤੋਂ ਉਹਨਾਂ ਨੂੰ ਪਤਾ ਚੱਲਿਆ ਸੀ ਕਿ ਕਿਸੇ ਜ਼ਮਾਨੇ 'ਚ ਇੱਥੇ ਨਿਸ਼ਾਨ ਸਾਹਿਬ ਜਿਹੜੇ ਸਨ ਨਿਹੰਗ ਸਿੰਘਾਂ ਦੇ ਹੀ ਝੂਲਦੇ ਸਨ। ਠੀਕ ਹੈ ਜੀ ਜੀ। ਸੋ ਨਿਹੰਗ ਸਿੰਘ ਫੌਜਾਂ ਦਾ ਨਿਵਾਸ ਜਿਹੜਾ ਸੀ ਉਹ ਇਸ ਅਸਥਾਨ ਦੇ ਉੱਪਰ ਇਸ ਛਾਉਣੀ ਦੇ ਉੱਪਰ ਹੁੰਦਾ ਸੀ। ਮੈਨੂੰ ਇਹ ਇਲਾਕਾ ਵੀ ਇਸ ਤਰੀਕੇ ਦਾ ਲੱਗ ਰਿਹਾ ਕਿ ਇਹ ਛਾਉਣੀ ਬਣੀ ਹੋਈ ਹੈ। ਇਹ ਬਿਲਕੁਲ, ਇਹਦੇ ਪਿੱਛੇ ਪੂਰਾ ਖੁੱਲਾ ਹੈਗਾ, ਫੂਡ ਐਂਡ ਸਪਲਾਈਜ਼ ਨੇ ਉੱਥੇ ਕਬਜ਼ਾ ਕੀਤਾ ਹੋਇਆ ਹੈ ਜਗ੍ਹਾ ਦਾ, ਪੂਰਾ ਵੱਡੀ ਛਾਉਣੀ ਹੈਗੀ ਉਹ। ਅੱਛਾ। ਉਸਦੇ ਨਾਲ ਹੀ ਇੱਕ ਹੋਰ ਇਲਾਕਾ ਆਉਂਦਾ ਬਿਲਕੁਲ ਕੁਛ ਹੀ ਮੀਟਰ ਤੇ, ਉਹਨੂੰ ਗੁਰੂ ਬਾਜ਼ਾਰ ਕਹਿੰਦੇ ਆ। ਤੇ ਗੁਰੂਆਂ ਦਾ ਤੇ ਤੁਹਾਨੂੰ ਪਤਾ ਸਿੱਖਾਂ ਦੇ ਨਾਲ ਰਿਲੇਟ ਕਰਦੀ ਹੈ ਇਹ ਚੀਜ਼, ਤੇ ਬੜਾ ਪੁਰਾਣਾ ਨਾਂ ਹੈ ਉਸ ਜਗ੍ਹਾ ਦਾ ਗੁਰੂ ਬਾਜ਼ਾਰ, ਤੇ ਬਿਲਕੁਲ ਇਸ ਦੇ ਨਾਲ ਹੀ ਹੈ। ਇਹ ਉਹ ਸਥਾਨ ਸੀ ਸਾਰਾ, ਹੁਣ ਅੱਜ ਦੀ ਡੇਟ ਵਿੱਚ ਇੱਥੇ ਲੰਗਰ ਹਾਲ ਬੜਾ ਮਨਾਇਆ, ਗੁਰਦੁਆਰਾ ਸਾਹਿਬ ਦੀ ਚੀਜ਼ਾਂ ਰੱਖੀਆਂ ਹੋਈਆਂ। ਸੰਗਤ ਜੀ, ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਹਿਲਾਂ ਇੱਥੇ ਦਾ ਤੇ ਜਿਹੜਾ ਹੈ ਪ੍ਰਕਾਸ਼ ਕੀਤਾ ਜਾਂਦਾ ਸੀ ਇਸੇ ਸਥਾਨ ਤੇ ਪ੍ਰਕਾਸ਼? ਜੀ ਜੀ ਜੀ, ਇੱਥੇ ਹੀ ਹੁੰਦਾ ਸੀ। ਹਾਂਜੀ, ਇਸ ਸਥਾਨ ਤੇ ਪਹਿਲਾਂ ਪ੍ਰਕਾਸ਼ ਹੋਇਆ, ਰੈਨੋਵੇਸ਼ਨ ਕਰਵਾਈ ਹੈ। ਸੋ ਜੀ ਕਾਫੀ ਇਸ ਦੀ ਹੁਣ ਫਲੈਟ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਸਾਰਾ ਸ਼੍ਰੀਨਗਰ ਬੜਾ ਨੁਕਸਾਨ ਹੋਇਆ, ਲੇਕਿਨ ਗੁਰੂ ਮਹਾਰਾਜ ਦੇ ਜਿਹੜੇ ਦੁਆਰ ਸਨ ਇਹਨਾਂ ਨੂੰ ਕੁਛ ਵੀ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੀ। ਇੱਥੇ ਗੁਰੂ ਮਹਾਰਾਜ ਦੇ ਦੋ ਪ੍ਰਾਂਤਕ ਸਰੂਪ ਹੈਗੇ ਜਿਹੜੇ ਅੱਜ ਵੀ ਸਾਂਭ ਕੇ ਰੱਖੇ ਹੋਏ ਹਨ, ਤੇ ਅੱਜ ਵੀ ਉਹਨਾਂ ਦੀ ਸੇਵਾ ਸੰਭਾਲਣ ਜਿਹੜੀ ਹੈ ਉਹ ਬੜੀ ਅੱਛੇ ਢੰਗ ਨਾਲ ਹੁੰਦੀ ਹੈ। ਜਿਹੜਾ ਆਪ ਜੀ ਨਿਸ਼ਾਨ ਸਾਹਿਬ ਦੀ ਗੱਲ ਕਰ ਰਹੇ ਹੋ ਇਹ ਉਹ ਪੁਰਾਤਨ ਨਿਸ਼ਾਨ ਸਾਹਿਬ ਹੈ ਜਿਹਦੇ ਬਾਰੇ ਵਿਚਾਰ ਅਸੀਂ ਕਰ ਰਹੇ ਸਨ। ਇਹ ਜਿਹੜਾ ਪ੍ਰਾਤਕ ਤੀਰ ਹੈ ਜਿਹੜਾ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗਾ, ਇਹ ਸਾਡੇ ਇਤਿਹਾਸ ਦੀ ਧਰੋਹਰ ਹੈ। ਹਾਂਜੀ, ਇਹ ਬੜਾ ਪੁਰਾਣਾ ਹੈ ਤੇ ਇੱਕ ਨਿਸ਼ਾਨ ਹੈ, ਫਤਿਹ ਦਾ ਨਿਸ਼ਾਨ ਹੈ ਖਾਲਸੇ ਦੀ। ਹਾਂਜੀ। ਸੋ ਇੱਕ ਚੀਜ਼ ਹੋਰ ਇੱਥੇ ਪੁੱਛਣੀ ਹੈ ਕਿ ਇੱਥੇ ਸਿੱਖ ਵਸੋਂ ਕਿੰਨੀ ਕੁ ਹੈਗੀ ਹੈ? ਦੇਖੋ ਜੀ, ਇਸ ਵਕਤ ਦੀ ਜਿਹੜੀ ਸਿੱਖ ਵਸੋਂ ਹੈ ਤੁਹਾਨੂੰ ਪਤਾ ਹੀ ਹੈ ਮੌਜੂਦਾ ਹਾਲਾਤਾਂ ਦੇ ਕਾਰਨ ਤਾਂ ਬੜੀ ਘੱਟ ਗਈ ਹੈ, ਲੇਕਿਨ ਅੱਜ ਦੀ ਡੇਟ ਵਿੱਚ ਵੀ ਇੱਥੇ ਜਿਹੜੀ ਸਿੱਖ ਵਸੋਂ ਹੈ 10 ਤੋਂ 15 ਘਰ ਰਹਿ ਗਏ ਨੇ, ਅਤੇ ਅੱਜ ਕੱਲ੍ਹ ਹੁਣ ਕੁਛ ਘਰ ਅੱਜ ਜੰਮੂ ਹੈਗੇ, ਬਟ ਬਹੁਤ ਜ਼ਿਆਦਾ ਜਿਹੜੇ ਨੇ ਇੱਥੇ ਹੀ ਪਰਮਾਨੈਂਟ ਹੀ ਰਹਿੰਦੇ ਹਨ। ਠੀਕ ਹੈ ਜੀ। ਅਤੇ ਜਿਹੜੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਦਾ ਇੱਕ ਚੱਲ ਰਿਹਾ ਆ ਰਿਹਾ ਸੀ ਪੂਰਾ ਜਿਹੜਾ ਨਿਜ਼ਾਮ ਹੈ ਉਹ ਕਿਸ ਤਰ੍ਹਾਂ ਦਾ ਚੱਲਦਾ ਆ ਰਿਹਾ ਸੀ? ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਸਾਡੇ ਗ੍ਰੇਟ ਗ੍ਰੈਂਡਫਾਦਰ ਸਾਡੇ ਪਰਦਾਦਾ ਜੀ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨੇ ਜਿਸ ਵਕਤ ਉਹਨਾਂ ਨੂੰ ਪੁੰਛ ਤੋਂ ਕਸ਼ਮੀਰ ਦੇ ਵਿੱਚ ਭੇਜਿਆ ਗਿਆ ਧਰਮ ਦੇ ਸੁਧਾਰ ਵਾਸਤੇ, ਆਪਣੀ ਸਿੱਖੀ ਦੀ ਹੋਰ ਚੜ੍ਹਦੀ ਕਲਾ ਲਈ, ਅਤੇ ਉਹ ਜਿਸ ਵਕਤ ਆ ਕੇ ਉਹਨਾਂ ਨੇ ਇੱਥੇ ਮੋਰਚਾ ਲਗਾਇਆ ਅਤੇ ਗੁਰਦੁਆਰੇ ਸਾਹਿਬ ਦਾ ਵਾਪਸ ਸੰਭਾਲਣ ਹੋਈ, ਅਤੇ ਮੇਰੇ ਦਾਦਾ ਜੀ ਕਾਨ ਸਿੰਘ ਜੀ ਤੋਂ ਬਾਅਦ ਮੇਰੇ ਦਾਦਾ ਜੀ ਸਵਰਗਵਾਸੀ ਸਰਦਾਰ ਸਾਧੂ ਸਿੰਘ ਬਾਲੀ ਉਹਨਾਂ ਨੇ ਇੱਥੇ ਸੰਭਾਲਣ ਕੀਤੀ। ਫਿਰ ਸਾਧੂ ਸਿੰਘ ਬਾਲੀ ਤੋਂ ਬਾਅਦ ਮੇਰੇ ਚਾਚਾ ਜੀ ਸਰਦਾਰ ਜੋਗਿੰਦਰ ਸਿੰਘ ਜੀ ਉਹਨਾਂ ਨੇ ਸੰਭਾਲਣ ਕੀਤੀ, ਮੇਰੇ ਮਾਤਾ ਜੀ ਨੇ ਕੀਤੀ ਇੱਥੇ ਬਹੁਤ ਸੰਭਾਲਣ, ਮੌਜੂਦਾ ਦੌਰ ਵਿੱਚ ਮੇਰੀ ਸਿਸਟਰ ਦਵਿੰਦਰ ਕੌਰ ਜੀ ਇੱਥੇ ਸੰਭਾਲਣ ਕਰ ਰਹੇ ਹਨ, ਮੈਂ ਕਰ ਰਿਹਾ ਅਮਰਜੀਤ ਸਿੰਘ, ਅਤੇ ਮੇਰਾ ਬੇਟਾ ਹਾਲੇ ਛੋਟਾ ਹੈ, ਬਾਕੀ ਦੀ ਸਾਰੀ ਸੇਵਾ ਉਹ ਨਿਭਾਉਂਦਾ ਹੈ। ਠੀਕ ਹੈ ਜੀ, ਬਹੁਤ ਚੜ੍ਹਦੀ ਕਲਾ ਵਾਲਾ ਪਰਿਵਾਰ। ਸਮਝ ਲਓ ਤੁਸੀਂ ਕਿ ਇਹ ਸਾਡੀ 5ਵੀਂ ਜਨਰੇਸ਼ਨ ਹੈਗੀ ਜਿਹੜੀ ਇਸ ਗੁਰਦੁਆਰੇ ਦੀ ਸੇਵਾ ਨਿਭਾ ਰਹੀ ਹੈ ਅਤੇ ਇੱਥੇ ਹੀ ਵੱਸ ਰਹੀ ਹੈ। ਜਿਹੜਾ ਫੋਟੋਗ੍ਰਾਫ ਤੁਹਾਨੂੰ ਮੈਂ ਵਿਖਾਉਣ ਜਾ ਰਿਹਾ ਇਹ ਬੜਾ ਇਤਿਹਾਸਿਕ ਫੋਟੋ ਹੈ ਅਤੇ ਕਾਫੀ ਪੁਰਾਣਾ ਫੋਟੋ ਹੈ। ਇਹਦੇ ਵਿੱਚ ਇਹ ਹਨ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਜਿਹੜੇ ਸਾਡੇ ਗ੍ਰੇਟ ਗ੍ਰੈਂਡਫਾਦਰ ਸਨ, ਜਿਨ੍ਹਾਂ ਨੇ 1884 ਦੇ ਵਿੱਚ ਸ਼ਹੀਦਗੰਜ ਸ਼ਹਿਰ ਦੇ ਵਿੱਚ ਕਸ਼ਮੀਰ ਸਿਟੀ ਦੇ ਵਿੱਚ ਮੋਰਚਾ ਲਾਇਆ ਸੀ ਅਤੇ ਗੁਰਦੁਆਰੇ ਸਾਹਿਬ ਦੀ ਸੰਭਾਲਣ ਸ਼ੁਰੂ ਵਾਪਸ ਕੀਤੀ ਸੀ। ਅਤੇ ਇਹ ਮੇਰੇ ਦਾਦਾ ਜੀ ਉਹਨਾਂ ਦੇ ਨਾਲ ਲਾਡਲੇ ਬੇਟੇ ਸਨ, ਅਤੇ ਮੇਰੇ ਦਾਦਾ ਜੀ ਸਾਧੂ ਸਿੰਘ ਬਾਲੀ ਸਾਧੂ ਸਿੰਘ ਜੀ, ਅਤੇ ਬਾਕੀ ਇਹ ਉਸ ਜ਼ਮਾਨੇ ਵਿੱਚ ਸਰਕਾਰ ਨੇ ਉਹਨੇ ਮੇਰੇ ਗ੍ਰੇਟ ਗ੍ਰੈਂਡਫਾਦਰ ਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਸੀ, ਸਿਕਿਉਰਟੀ ਗਾਰਡ ਹੈ, ਅਤੇ ਇਹ ਸਾਰੇ ਬੜੇ ਮਾਣਯੋਗ ਸਤਿਕਾਰਯੋਗ ਸਿੰਘ ਸਨ ਜਿਹੜੇ ਮੇਰੇ ਗ੍ਰੇਟ ਗ੍ਰੈਂਡਫਾਦਰ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਦੇ ਨਾਲ ਉਸ ਜ਼ਮਾਨੇ ਵਿੱਚ ਚੱਲਦੇ ਸਨ। ਇਹ ਕਿਤਾਬ ਹੈ ਕਸ਼ਮੀਰ ਐਂਡ ਦਾ ਸਿੱਖਸ, ਇਹ
सेंट्रल यूनिवर्सिटी इंटर रैलीजन स्टडीज़ विच पढ़ाई जाती है। इस विच ते बड़ा कुछ लिखा है, इहदे विच ये तुसी वेख सकते हो। In Kashmir, the Sikh used to get together and recite Gurbani, sing the Kirtani Jatha where very few. So, Kaan Singh Stari of Shahid Ganj was the first Sikh who started the Maryada of Kirtan in Kashmir. Dekho, ehde vich mention hai ga ki jehda Kashmir de vich san, eh bada jehda few san, sardar jehde san, oh pracharak san. Te Bhai Kaan Singh, eh bohut achhe gharane to Poonch to belong karde san. Inna nu seva lai gayi Kashmir de vich. कश्मीर आके इन्हां ने इत्थे आके गुरद्वारा साहब, ये जिहड़ा इतिहासक गुरद्वारा अकाली फूला सिंह जी का गुरद्वारा है, उसकी संभालण कीती। तो उस तो बाद ही जो किताबां विच भी इतिहास विच भी दर्ज है कि इन्हां ने मर्यादा कीर्तन श्रीनगर शहर दे विच शुरू कीता है। ये देख लो तुसी, ये जिहड़ा इलाका सी, जिस तरह मैं तुहानू अंदर भी दस रहा सी कि इत्थे खालसा फौज दे कई जवान जिहड़े गुरु दे सिंह सन शहीद होए सन, ये पूरा इलाका खुला सी। अच्छा, ओ सामने तुहानू ओ ब्रिज नज़र आ रहा है, ये डिवकॉम ऑफिस दा ब्रिज हैगा, ते नाल ही ओल्ड सेक्रेटरीएट, किला, ये शेरगढ़ी, बिल्कुल ये सारा खुला इलाका सी। ये हुण दीवार इत्थे जिहड़ी हैगी, इसदे पिछे भी जिहड़ा इलाका है ये भी सारा खुला है। ते इसदे बिल्कुल नाल ही एक कॉलोनी है, उस कॉलोनी नूं गुरु बाज़ार कहिंदे आ। जी जी, ते ए गुरुआं दे नाल इतिहास जुड़दा है, तां करके इस जगह दा नां गुरु बाज़ार है। कश्मीर दे विच ऐसे कई बाज़ार ने जिन्हां दे विचों माई सुमा दा बाज़ार वी इक है, ओह माई सेवा दे नाम ते जाणिया जांदा। इवें गुरु बाज़ार है, सिख डाफर दा इलाका है, इवें होर जिहड़े इलाके जिहड़े ने ओह सिख तवारीख दे नाल जिहड़े ने ओह कश्मीर दे विच जुड़दे ने, ते इन्हां चीज़ां दा ख्याल वी सानूं रखणा चाहीदा। ਬੁੰਗਾ ਅਕਾਲੀ ਫੂਲਾ ਸਿੰਘ ਕੇਵਲ ਇੱਕ ਇਮਾਰਤ ਹੀ ਨਹੀਂ, ਸਗੋਂ ਉਸ ਗੌਰਵਮਈ ਵਿਰਸੇ ਦੀ ਪਰਪੱਖ ਮਿਸਾਲ ਹੈ ਜਿਸ ਨੂੰ ਕਿ ਕਸ਼ਮੀਰ ਦੇ ਵਸਨੀਕਾਂ ਨੇ ਜੀਵਿਆ ਹੈ। ਇਸੇ ਕਰਕੇ ਇਸ ਸੰਦਰਭ ਨੂੰ ਗਹਿਰਾਈ ਦੇ ਨਾਲ ਵਾਚਣ ਦੇ ਲਈ ਡਾਕਟਰ ਜਸਬੀਰ ਸਿੰਘ ਵਸਰਨਾ ਹੋਰਾਂ ਦੇ ਵਿਚਾਰ ਇਸ ਲਈ ਪੂਰੇ ਸੁਲਝੇ ਹੋਏ ਨੇ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਅਭਿਨੰਦਨ ਗ੍ਰੰਥ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ। ਅਕਾਲੀ ਫੂਲਾ ਸਿੰਘ ਨਿਹੰਗ ਸਿੰਘਾਂ ਅਤੇ ਅਕਾਲੀਆਂ ਦੀ ਕਮਾਂਡ ਕਰਦੇ ਸਨ। ਸ਼ੇਰਗੜ੍ਹੀ ਨੂੰ ਫਤਿਹ ਕਰਨ ਸਮੇਂ ਜੋ ਲੜਾਈ ਹੋਈ ਸੀ ਉਸ ਵਿੱਚ ਕੁਝ ਸਿੰਘ ਸ਼ਹੀਦ ਹੋ ਗਏ ਸਨ ਅਤੇ ਉਹਨਾਂ ਦਾ ਸੰਸਕਾਰ ਸ਼ਹੀਦਗੰਜ ਵਾਲੀ ਥਾਂ 'ਤੇ ਹੋਇਆ ਸੀ, ਜਿਸ ਕਾਰਨ ਇਹ ਥਾਂ ਸ਼ਹੀਦਗੰਜ ਕਰਕੇ ਪ੍ਰਸਿੱਧ ਹੋਈ। ਸ਼ਹੀਦਗੰਜ ਵਾਲੀ ਥਾਂ 'ਤੇ ਨਿਹੰਗ ਸਿੰਘਾਂ ਅਤੇ ਅਕਾਲੀ ਨਿਵਾਸ ਰੱਖਦੇ ਸਨ, ਜਦਕਿ ਗੁਰੂ ਬਾਜ਼ਾਰ ਵਿੱਚ ਸਿੱਖ ਗ੍ਰੰਥੀ ਅਤੇ ਸਾਧੂ ਨਿਵਾਸ ਰੱਖਦੇ ਸਨ। ਇਹ ਦੋਵੇਂ ਆਬਾਦੀਆਂ ਸਰਦਾਰ ਹਰੀ ਸਿੰਘ ਨਲਵਾ ਨੇ ਆਬਾਦ ਕੀਤੀਆਂ। ਬੀਰਬਲ ਕਾਚਰੂ ਦੇ ਕਹਿਣ ਅਨੁਸਾਰ ਇਹਨਾਂ ਦਾ ਸਿਹਰਾ ਕਰਨਲ ਮੀਆਂ ਸਿੰਘ ਨੂੰ ਜਾਂਦਾ। ਇਸ ਮਹੱਲੇ ਸ਼ਹੀਦਗੰਜ ਵਿੱਚ ਅਕਾਲੀ ਫੂਲਾ ਸਿੰਘ ਦੀ ਰਿਹਾਇਸ਼ ਅਤੇ ਗੁਰਦੁਆਰਾ ਸਾਹਿਬ ਸੀ। ਸਵੇਰ ਸ਼ਾਮ ਇੱਥੇ ਹੀ ਨਿਹੰਗ ਸਿੰਘ ਅਤੇ ਅਕਾਲੀ ਫੌਜਾਂ ਭਜਨ ਬੰਦਗੀ ਵਿੱਚ ਲੀਨ ਹੁੰਦਾ ਅਤੇ ਇਸੇ ਮਹੱਲੇ ਵਿੱਚ ਤਿਆਰ ਬਰ ਤਿਆਰ ਹੋ ਕੇ ਆਪਣੀਆਂ ਡਿਊਟੀਆਂ 'ਤੇ ਹਾਜ਼ਰ ਹੁੰਦੇ। ਕਸ਼ਮੀਰ ਵਿੱਚ ਅਕਾਲੀ ਨਿਹੰਗਾ ਸਿੰਘ ਤੋਂ ਆਮ ਜਨਤਾ ਥਰ ਥਰਾਉਂਦੀ ਸੀ। ਇਸ ਗੁਰਦੁਆਰੇ ਨਾਲ ਮਹਾਰਾਜਾ ਸ਼ੇਰ ਸਿੰਘ ਨੇ ਜ਼ਮੀਨਾਂ ਅਤੇ ਜਗੀਰਾਂ ਬਹੁਤ ਲਗਾਈਆਂ ਸਨ ਅਤੇ ਨਿਹੰਗ ਸਿੰਘਾਂ ਦਾ ਬਾਅਦ ਦਸਤੂਰ ਪਹਿਰਾ ਹੁੰਦਾ ਸੀ। ਗੁਰਦੁਆਰੇ ਦੇ ਆਸ ਪਾਸ ਸਾਰੀ ਜ਼ਮੀਨ ਗੁਰਦੁਆਰੇ ਦੀ ਸੀ। ਉਸ ਵਿੱਚ ਅੱਜ ਕੱਲ੍ਹ ਵੱਡੇ ਬਾਜ਼ਾਰ ਅਤੇ ਮੁਹੱਲੇ ਬਣ ਗਏ ਹਨ ਅਤੇ ਕੁਝ ਸਮੇਂ ਦੀਆਂ ਸਰਕਾਰਾਂ ਨੇ ਦੱਬ ਲਈਆਂ ਹਨ, ਜਗੀਰਾਂ ਅਤੇ ਰਸਤਿਆਂ ਵੀ ਰਿਆਸਤ ਨੇ ਦੱਬ ਲਈਆਂ ਹਨ। ਨਿਹੰਗ ਸਿੰਘ ਫੌਜਾਂ ਦਾ ਕਸ਼ਮੀਰ ਦੇ ਵਿੱਚ ਹੋਣਾ ਕਈ ਆਮ ਸ਼ਹਿਰੀ ਅਤੇ ਰਾਜਸੀ ਸਿਆਸੀ ਲੋਕ ਅੱਛਾ ਨਹੀਂ ਸਮਝਦੇ ਸਨ। ਇਸ ਕਰਕੇ ਕਈ ਅਫਵਾਹਾਂ ਵੀ ਇਸ ਪੱਖੋਂ ਉੱਡੀਆਂ, ਜਿਸ ਦਾ ਜ਼ਿਕਰ ਵੀ ਸਰਦਾਰ ਸਰਨਾ ਹੋਰਾਂ ਵੱਲੋਂ ਕੀਤਾ ਗਿਆ। ਦੀਵਾਨ ਚੰਦ ਜਦੋਂ ਕਸ਼ਮੀਰ 23 ਸਤੰਬਰ 1819 ਨੂੰ ਛੱਡ ਕੇ ਲਾਹੌਰ ਵੱਲ ਰਵਾਨਾ ਹੋ ਗਿਆ ਤਾਂ ਹੋਰਨਾਂ ਤੋਂ ਇਲਾਵਾ ਉਹ ਆਪਣੇ ਨਾਲ ਅਕਾਲੀ ਫੂਲਾ ਸਿੰਘ ਨਿਹੰਗ ਨੂੰ ਵੀ ਨਾਲ ਲੈ ਗਿਆ। ਅਕਾਲੀ ਫੂਲਾ ਸਿੰਘ ਅਤੇ ਨਿਹੰਗ ਸਿੰਘਾਂ ਦੀ ਬੜੀ ਦਹਿਸ਼ਤ ਫੈਲੀ ਹੋਈ ਸੀ, ਜਿਸ ਤੋਂ ਲੋਕ ਹੀ ਬੜੇ ਖੌਫਜ਼ਦਾ ਸਨ। ਅੰਦਰੋਂ ਮਹਾਰਾਜਾ ਰਣਜੀਤ ਸਿੰਘ ਦਾ ਆਦੇਸ਼ ਸੀ ਕਿ ਪਿਆਰ, ਭਾਈਚਾਰਕ ਅਤੇ ਭਾਰਤਾਰੀ ਕਾਇਮ ਕਰਨੀ ਬਹੁਤ ਲਾਜ਼ਮੀ ਹੈ। ਇਹਨਾਂ ਸਮਿਆਂ ਵਿੱਚ ਹੀ ਅਕਾਲੀ ਫੂਲਾ ਸਿੰਘ ਅਤੇ ਅਕਾਲੀ ਫੌਜਾਂ ਨੂੰ ਸ਼੍ਰੀਨਗਰ ਤੋਂ ਲਾਹੌਰ ਭੇਜਣ ਦੀਆਂ ਸਕੀਮਾਂ ਅੰਦਰ ਖਾਤੇ ਕੀਤੀਆਂ ਗਈਆਂ ਅਤੇ ਕਈ ਮਨ ਘੜਤ ਕਹਾਣੀਆਂ ਬਣਾਈਆਂ ਗਈਆਂ। ਇਹ ਮਨ ਘੜਤ ਕਹਾਣੀਆਂ ਵਿੱਚੋਂ ਇੱਕ ਕਸ਼ਮੀਰ ਦੇ ਇਤਿਹਾਸ ਵਿੱਚ ਅੱਜ ਵੀ ਸਾਂਭੀ ਹੋਈ ਹੈ।
फूला सिंह निहंगा अते अकालियां दे लीडर ने एक वेर खाना महला दी मसीत उड़ाण लई तोपां बीड़ दित्तियां सन। यह मसीत सईद अली हमदान नाल संबंधित सी, जिसनों कश्मीरी आम तौर पर मसीत शाह हमदान आखते हैं। इस मसीत नाल मुसलमानों दी धार्मिक रवायतां जुड़ियां हुईयां सन। कश्मीर विच अकाली फूला सिंह दा नाम एक दहशत वाला सी। दीवान चंद जफर जंग ने अकाली फूला सिंह नूं मसीत ना टालन नहीं रजामंद कर लिया। अकाली फूला सिंह जो एक अकाल पुरख ते भरोसा रखण वाले सन, इस तरह मसीत नूं तोप नाल उड़ाण दा सोच भी नहीं सकते। पर सिख राज समय कश्मीर विच अजिहियां अफवाहां उड़न छड़न लई सिख राज दे वैरी अंदर खाते स्कीमां कढ़दे रहिंदे सन। इस गुरद्वारा साहब के इतिहास के भाई कान सिंह जी की देन भी नकारिया जा सकता, जिन्होंने मोर्चाबद्दी करके इस इतिहास को बचाने का पूरा पूरा यतन किया। यह गुरद्वारा कई साल सुन्ना पिया रहा। कई मुसलमानों ने सलाह की थी कि कोई मसीत विच बदल दिता जाए, क्योंकि सिख तो सारे चले गए सन। यह डोगरा राज समय की गल है। इत्थे लागे ही भाई कान सिंह रहिंदे सन। एक वेर एक मुसलमानी माई ने कान सिंह दी धर्म पत्नी अगे जिक्र कीता कि तुसी सिख अपना गुरद्वारा क्यों नहीं सामदे, नहीं तो मुसलमाना ने इस नूं मसीत बना लैनी है। फिर सिंघणी पति भाई कान सिंह पास इस गल दा जिक्र कीता तो भाई कान सिंह ने सम्मत बिक्रमी 1941 पाओ 1884 ईस्वी विच शहीदगंज विखे मोर्चा लगा दिता सी। इतिहास निरा सुनाई हुई गल जाए इमारत ही नहीं, सगो उस अंदर छुपी वो आवाज़ है जो खंडरां दा ढेर बन के अपने वारसां नूं पुकारती है। जदों सुनन वाले अणगोले दे विचारां विच डुबे रहन, फिर उन्हां दी वी पेशगोई कोई नहीं करदा। तो साध संगत जी, अज बड़ा ही माण महसूस होया कि साडे खालसाई विरासतां जिहड़ियां कश्मीर दे विच उस इतिहास नूं दर्शाउंदियां ने, जिहदे विच साढ़े सिंघां दा बोलबाला इतिहास छुपया होया है। अज असी आए सी मुंगा अकाली फूला सिंह जी शहीद दे छावनी दे विच, जिथों कि आप जी का इतिहास सानू दिखाया है। वीडियो पहला ही मैं दस्सिया सी समर्पित है 200 साल शहीदी शताब्दी सिंह साहिब अकाली बाबा फूला सिंह जी शहीदी की। सो अज ये वीडियो उन्होंने समर्पित करके आप बढ़ा रहे हैं। आप सारे स्रोतों ने जिन्होंने ये वीडियो वेखी है, बहुत बहुत धन्यवाद आप जी का। खास धन्यवाद सब तो पहले उन्होंने वीर का कौम लाइब्रेरी श्रीनगर का, जिन्ह की देख रेख अनुसार ये सारे इतिहास का स्रोत जो है प्राप्त होया। उन्होंने वीर का जिन्होंने अपनी मेहनत करके इस स्रोत को, प्रमाणिक स्रोत को, इतिहासिक स्रोतों इस वीडियो के एनालाइज करके इस वीडियो अपनी मदद की। उपरंत धन्यवाद वीर अमनप्रीत सिंह जी, जिन्होंने अज अपना समा कट के इस वीडियो के वीडियोग्राफी की DOP की सेवा निभाई। तो उन्होंने सारे ही आप स्रोतों का कि जिन्होंने इस वीडियो को पूरा वेख्या है, उम्मीद करते हैं तुहानू ये वीडियो पसंद आई होगी। तुहानू इस वीडियो के विचों बहुत इतिहास मिले होगा। जेकर तुम इस वीडियो को पहली बार वेख रहे हो, चैनल पर आए हो, इस चैनल पर आप जी यह जी होर वीडियो मिलनगियाँ। वैसे खालसा राज साडिया जी कश्मीर के विरासतां ने उन्हां बारे होर भी वीडियोस तुसीं थले क्लिक करके वेख सकते हो, जिहदे विच हरी पर्वत का इतिहास, गुरद्वारा महाराजा रणजीत सिंह जी महाराजा महाराजगंज का इतिहास जो है वो तुहाडे सामने रखिया होया है। तो अज उसे लड़ी के शहीदगंज बुंगा अकाली फूला सिंह जी का इतिहास तुहाडे सामने लैके आया। वीडियो पूर्ण देखने लिए धन्यवाद। चैनल में जरूर सबसक्राइब करो, वध तो वध शेयर करो, संगत जी जिन्ना हो सके इन्ना शेयर करो, तो जो ये विरासत जड़िया ने आवाज़ जो है वो पूरे संसार तक पहुँचेगी। कश्मीर के कितों कितों कि जगह के उस खालसा राज की चनकार है। बहुत बहुत धन्यवाद आप जी का जी। वाहेगुरू जी का खालसा, वाहेगुरू जी की फतह।